ਜਿਸ ਮੈਂ ਮੁਕਤਾ ਤੇ ਮੈਂ ਹਾਂ ਨਿਖਾਰ ਤੁਸੀਂ ਦੇਖ ਰਹੇ ਹੋ on the TV NRI ਤੁਹਾਡੇ ਰੂਬਰੂ ਹੈ ਇੱਕ ਨਵਾਂ ਪ੍ਰੋਗਰਾਮ ਲੈ ਕੇ উইਮেনস ওয়ার্ল্ড ਜੀ ਬਿਲਕੁਲ ਵਿਮੈਨਸ ਵਰਲ ਤੁਹਾਡੀ ਖidmat ਦੇ ਵਿੱਚ ਹਾਜ਼ਰ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਨਵਾਂ ਪ੍ਰੋਗਰਾਮ ਜ਼ਰੂਰ ਪਸੰਦ ਆਵੇਗਾ ਤੇ ਤੁਸੀਂ ਸਾਨੂੰ ਭਰਪੂਰ ਪਿਆਰ ਨਾਲ ਨਵਾਜ਼ੋਗੇ ਵਿਮੈਨਸ ਵਰਲ ਵਿੱਚ ਉਹ ਸਾਰੀਆਂ ਗੱਲਾਂ ਹੋਣਗੀਆਂ ਜੋ ਇੱਕ ਸਖੀ ਆਪਣੀ ਸਖੀ ਨਾਲ ਰੋਜ਼ਾਨਾ ਤੌਰ ਤੇ ਕਰਦੀ ਹੈ ਜੀ ਬਿਲਕੁਲ ਗੱਲਾਂ ਹੋਣਗੀਆਂ ਗ੍ਰੈਮਰ ਦੀਆਂ ਗੱਲਾਂ ਹੋਣਗੀਆਂ ਬਿਊਟੀ ਦੀਆਂ ਗੱਲਾਂ ਹੋਣਗੀਆਂ ਸ਼ਾਪਿੰਗ ਦੀਆਂ ਤੇ ਕੁਝ-ਕੁਝ ਚੁਗਲੀਆਂ ਵੀ ਗੱਲਾਂ ਹੋਣਗੀਆਂ ਹੈਲਥ ਦੀਆਂ ਤੇ ਕਿੱਦਾਂ ਦਾ ਹੋਣਾ ਚਾਹੀਦਾ ਸਾਡਾ ਖਾਣ-ਪਾਨ ਕਿੱਦਾਂ ਦੀ ਹੋਣੀ ਚਾਹੀਦੀ ਹੈ ਸਾਡੇ ਘਰ ਦੀ ਸਜਾਵਟ ਉਹ ਸਾਰੀਆਂ ਗੱਲਾਂ ਜੋ ਜੁੜੀਆਂ ਹੋਈਆਂ ਨੇ ਸਾਡੇ ਸਭ ਦੇ ਘਰ ਦੇ ਗੱਲਾਂ ਹੋਣਗੀਆਂ ਬਾਲੀਵੁੱਡ ਦੀਆਂ ਤੇ ਕੁਝ ਛਟਪਟੇ ਕਿਸਿਆਂ ਦੀ ਵੀ ਨਿਖਾਰ ਬਾਲੀਵੁੱਡ ਤਾਂ ਮੈਨੂੰ ਨਾ ਇੱਕ ਮੂਵੀ ਯਾਦ ਆ ਗਈ ਹੈ ਮੁਗਲੇ ਆਜ਼ਮ ਤਾਂ ਮੈਨੂੰ ਐਦਾਂ ਲੱਗ ਰਿਹਾ ਇਸ ਤੁਹਾਡੀ ਲੁੱਕਸ ਨੂੰ ਦੇਖਦੇ ਹੋਏ ਕਿ ਮੇਰੇ ਕੋਲ ਨਾ ਹੂ ਬਹੂ ਅਨਾਰਕਲੀ ਆ ਕੇ ਬੈਠੀ ਹੋਈ ਹੈ ਉਹ ਤੇ ਤੁਹਾਡੀ ਗੱਲ ਠੀਕ ਹੈ ਪਰ ਤੁਹਾਨੂੰ ਨਹੀਂ ਲੱਗਦਾ ਇਹ ਅਨਾਰਕਲੀ ਕੁਝ ਜ਼ਿਆਦਾ ਹੀ ਮਾਡਰਨ ਹੈ। ਆ ਵੀ ਮਾਡਰਨ ਤਾਂ ਹੈ ਟੈਟੂ ਸ਼ੈਟੂ ਬੜੇ ਬਨਵਾਏ ਹੋਏ ਨੇ, ਬਾਹ ਸਟ੍ਰੇਟ ਕਰਾਏ ਹੋਏ ਨੇ ਬੜੀ ਮਾਡਰਨ ਹੈ ਤਾਂ ਅਨਾਰਕਲੀ। ਜੀ ਜੇ ਹੁਣ ਅਸੀਂ ਮੁਗਲਿਆਜ਼ਮ ਦੀ ਗੱਲ ਕਰ ਹੀ ਦਿੱਤੀ ਹੈ ਤੇ ਫੇਰ ਉਹ ਗਾਣਾ ਨਾ ਸੁਣਾ ਦਈਏ ਇੱਕ ਵਾਰੀ। ਹਾਂ ਬਿਲਕੁਲ ਗਾਣਾ ਤਾਂ ਬੰਦ ਨਹੀਂ ਹੈ ਨਾ ਫੇ। ਚਲੋ ਫੇ। ਪਰਦਾ ਨਹੀਂ ਹੈ ਕੋਈ ਖੁਦਾ ਸੇ ਬੰਦੋਂ ਸੇ ਪਰਦਾ ਕਰਨਾ। ਕਿਆ ਜਦ ਪਿਆਰ ਕੀਆ ਤੋ ਡਰਨਾ ਕਿਆ ਜਦ ਪਿਆਰ ਕੀਆ ਤੋ ਡਰਨਾ ਕਿਆ। ਤੈਨਿਖਾਰ ਜੀ ਅਸੀਂ ਹੁਣ ਗੱਲ ਸ਼ੁਰੂ ਕਰ ਹੀ ਦਿੱਤੀ ਹੈ ਮੁਗਲ-ਏ-azam ਦੀ ਤੇ ਦਰਸ਼ਕੋ ਤੁਹਾਨੂੰ ਵੀ ਦੱਸਣਾ ਚਾਹੂੰਗੀ ਕਿ 1940 ਦੇ ਵਿੱਚ ਅਨਾਰਕਲੀ ਮੂਵੀ ਦਾ ਆਈਡੀਆ ਕ੍ਰੀਏਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਇੱਕ ਸਾਇਲੈਂਟ ਮੂਵੀ ਬਣੀ ਸੀ ਜੀ ਬਿਲਕੁਲ ਉਸ ਤੋਂ ਬਾਅਦ ਇੱਕ ਟੋਕੀ ਮੂਵੀ ਵੀ ਰਿਲੀਜ਼ ਹੋਈ ਸੀ ਬਿਲਕੁਲ 1947 ਦੇ ਵਿੱਚ ਜਦੋਂ ਪਾਰਟੀਸ਼ਨ ਹੋਇਆ ਸੀ ਇੰਡੀਆ-ਪਾਕਿਸਤਾਨ ਦਾ ਤਾਂ ਕੁਝ ਡਾਇਰੈਕਟਰ ਪ੍ਰੋਡਿਊਸਰ ਉੱਧਰ ਚਲੇ ਗਏ ਸਾਣਕੁਰ ਜਿੱਧਰ ਰਹਿ ਗਏ ਸਨ ਹਨਾ ਉਸ ਤੋਂ ਬਾਅਦ ਜਿਹੜਾ ਫਿਲਮ ਦਾ ਆਈਡੀਆ ਸੀਗਾ ਉਹ ਇੱਕ ਠੰਡੇ ਬਸਤੇ 'ਚ ਪੈ ਗਿਆ ਸੀ ਪਰ ਫਾਈਨਲੀ ਇਹਨੂੰ 1960 ਦੇ ਵਿੱਚ ਕੰਪਲੀਟ ਕਰ ਲਿਆ 60 ਵਿੱਚ ਇਹ ਮੂਵੀ ਵਾਪਸ ਰਿਲੀਜ਼ ਹੋਈ ਸੀ ਉਸ ਤੋਂ ਬਾਅਦ ਤੇ ਉਸ ਸਮੇਂ ਇਸ ਮੂਵੀ ਦੀ ਲਾਗਤ ਲਗਭਗ ਕੋਈ ਸਵਾ ਕਰੋੜ ਦੀ ਸੀ ਤੇ ਇਹਦੀ ਕਮਾਈ 11 ਕਰੋੜ ਹੋਈ ਸੀ ਬਿਲਕੁਲ ਦੇਖੋ ਉਸ ਸਮੇਂ ਦੇ ਵਿੱਚ 11 ਕਰੋੜ ਕਮਾਏ ਸੀਗੇ ਇਸ ਮੂਵੀ ਨੇ ਤੇ ਜੇ ਅੱਜ ਦੇ ਸਮੇਂ ਦੇ ਨਾਲ ਕੰਪੈਰੀਜ਼ਨ ਕਰੀਏ ਹਨਾ ਵੱਡੀਆਂ-ਵੱਡੀਆਂ ਹੋਰ ਵੀ ਬਹੁਤ ਮੂਵੀਆਂ ਤੇ ਮਤਲਬ ਇਸ ਮੂਵੀ ਦਾ ਤਾਂ ਕੋਈ ਰਿਕਾਰਡ ਤੋੜ ਹੀ ਨਹੀਂ ਸਕਦਾ ਜੇ ਅੱਜ ਦੇ ਸਮੇਂ ਦੇ ਵਿੱਚ ਰਿਲੀਜ਼ ਹੋਈ ਹੁੰਦੀ ਤਾਂ 2500 ਕਰੋੜ ਤੋਂ ਉੱਪਰ ਦਾ ਜਿਹੜਾ ਇਹਦਾ ਬਜਟ ਹੋਣਾ ਬਿਲਕੁਲ ਤਾਂ ਹੀ ਮੈਂ ਵੀ ਸੋਚਿਆ ਕਿ ਹੱਲੇ ਤੱਕ ਕੋਈ ਮੁਗਲਿਆਜ਼ਮ ਦਾ ਰਿਕਾਰਡ ਕਿਉਂ ਨਹੀਂ ਬੀਟ ਕਰ ਪਾਇਆ ਬਿਲਕੁਲ ਇਹਦਾ ਬੀਟ ਹੋਈ ਨਹੀਂ ਸਕਦਾ ਇਹਦਾ ਹੋਰ ਪਤਾ ਨਹੀਂ ਕਿੰਨੇ ਦਸ਼ਕਾਂ ਤੱਕ ਇਦਾਂ ਹੀ ਇਹਨੇ ਨੰਬਰ 1 ਹੀ ਚੱਲਦੀ ਰਹਿਣਾ ਹੈ ਬਿਲਕੁਲ ਸੋ ਮੈਂ ਨਾ ਹੱਲੇ ਵੀ ਗੁੰਗੁਨਾ ਰਹੀ ਸੀ ਬੇਸ਼ੱਕ ਮੈਂ ਤਾਂ ਨਾਲ ਗੱਲ ਕਰ ਰਹੀ ਸੀ ਨਖਰ ਬਟ ਫੇਰ ਵੀ ਨਾ ਮੇਰੇ ਮੂੰਹ ਦੇ ਵਿੱਚ ਬੋਲ ਆ ਰਹੇ ਸਨ ਇਸ ਮੂਵੀ ਦੇ ਗਾਣੇ ਦੇ ਸੋ ਮੈਂ ਚਾਹਨੀ ਇੱਕ ਵਾਰ ਆਪਾਂ ਫੇਰ ਤੋਂ ਗੁੰਗੁਨਾ ਦੇ ਹੋ ਜਾਈਏ ਫੇਰ ਮੌਤ ਵਹੀ ਜੋ ਦੁਨੀਆ ਦੇਖੇ ਮੌਤ ਵਹੀ ਜੋ ਦੁਨੀਆ ਦੇਖੇ ਘੁੱਟ ਘੁੱਟ ਕੇ ਯੂ ਮਰਨਾ ਕਿਆ ਜਬ ਪਿਆਰ ਕੀਆ ਤੋ ਡਰਨਾ ਕਿਆ ਜਬ ਪਿਆਰ ਕੀਆ ਤੋ ਡਰਨਾ ਕਿਆ ਬਾਸਕਰ ਸਖੀ ਹੁਣ ਇਹਨਾਂ ਖਾਈ ਜਾਣਾ ਤੂੰ ਕਿੱਡੀ ਦੇਰ ਦੀ ਖਾਈ ਜਾਣੀ ਆ 8-9 ਬਿਸਕਟਸ ਖਾ ਗਏ ਮੈਨੂੰ ਦੇਖਦੇ ਦੇਖਦੇ ਦੱਸ ਹੈ ਆਪਣੀ ਹੈਲਥ ਵੱਲ ਤੈਨੂੰ ਬਿਲਕੁਲ ਧਿਆਨ ਹੈ ਨਹੀਂ ਫਿੱਟ ਫੁੱਟ ਰਹਿ ਜਿਮ ਜਮ ਜਾਇਆ ਕਰ ਕੀ ਖਾਂਦੀ ਰਹਿੰਦੀ ਆ ਹੱਲੇ ਤਾਂ ਮੈਂ ਸ਼ੁਰੂ ਕੀਤਾ ਸੀ ਨਾ ਸ਼ੁਰੂ ਕੀਤਾ ਤੇ 9 ਬਿਸਕਟਸ ਖਾ ਗਏ ਨਾ ਸ਼ੁਰੂ ਕੀਤਾ ਗਿਆ ਤੇ ਤੂੰ ਵੀ ਖਾ ਲੈ ਸੜੀ ਘਾਤ ਤੋ ਜਾਣੀ ਆ ਉਪਰਾਵਾ ਮੈਂ ਨਹੀਂ ਖਾਂਦੀ ਨਹੀਂ ਖਾਂਦੀ ਤੇ ਇੱਥੇ ਦੇ ਦੇ ਫਿਰ ਤੂੰ ਇਹਨੂੰ ਪਰੇ ਕਰ ਤੇ ਮੇਰੀ ਗੱਲ ਸੁਣ ਜਿਮ ਜਾਇਆ ਕਰ ਫਿੱਟ ਰਿਹਾ ਅਗਰ ਆਪਣੀ ਹੈਲਥ ਵੱਲ ਧਿਆਨ ਦੇ ਮੈਨੂੰ ਪਤਾ ਏ ਤੁਸੀਂ ਜਿਮ ਜਾ ਕੇ ਕੀ ਕੁਝ ਕਰਦੀਆਂ ਹੋ ਬਸ ਇੱਥੇ ਖੜੇ ਹੋ ਕੇ ਵੀਡੀਓ ਬਣਾ ਲਈ ਇੱਥੇ ਖੜੇ ਹੋ ਕੇ ਟਿਕਟੋਕ ਬਣਾ ਲਈ ਮੈਂ ਨਹੀਂ ਵੀਡੀਓ ਵੀਡੀਓ ਬਣਾਉਂਦੀ ਆਪਣੀਆਂ ਮੈਂ ਸਿਰਫ ਉੱਥੇ ਫਿੱਟ ਰਹਿਣ ਜਾਣੀ ਐ ਐਕਸਰਸਾਈਜ਼ ਕਰਨੀ ਮੈਂ ਵੇਖੇ ਤੇਰੇ ਸਟੇਟਸ ਕੀ ਕਰਦੀਆਂ ਤੂੰ ਉਹ ਤੂੰ ਮੇਰੀ ਗੱਲ ਛੱਡ ਆਪਣੀ ਹੈਲਥ ਵੱਲ ਧਿਆਨ ਦੇ ਤੂੰ ਮੈਂ ਨੇਚਰਲ ਬਿਊਟੀ ਤੇ ਬਿਲੀਵ ਕਰਨੀ ਆ ਮੈਂ ਆਪਣਾ ਸੈਰ ਕਰਨ ਜਾਣੀ ਆ ਕੀ ਕਰਦੀ ਨੇਚਰਲ ਬਿਊਟੀ ਚ ਦੱਸਿਆ ਤੇ ਐ ਸੈਰ ਕਰਨ ਜਾਣੀ ਆ ਮੈਨੂੰ ਤਾਂ ਦੱਸ ਤਾਂ ਦਰਸ਼ਕਾਂ ਨੂੰ ਕਿਹਨੇ ਦੱਸਣਾ ਤੇ ਫ੍ਰੈਂਡਸ ਤੁਹਾਨੂੰ ਦੱਸਦੀ ਐ ਨੇਚਰਲ ਬਿਊਟੀ ਗੋਟ ਦਾ ਇੱਕ ਬਹੁਤ ਵੱਡਾ ਗਿਫਟ ਹੈ ਜੀ ਦਰਸ਼ਕੋ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਆ ਗਏ ਨੇ ਸਾਡੀ ਹਸਪਿਟੈਲਿਟੀ ਦੇ ਵਿੱਚ ਸਾਡੀ ਮਹਿਮਾਨ ਨਵਾਜ਼ੀ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਆ ਰਿਹਾ ਹੈ ਕਿਉਂ ਨਖਰ ਬਿਲਕੁਲ ਜਦੋਂ ਪਹਿਲਾਂ ਸਾਡੇ ਘਰ ਗੈਸਟ ਆਉਂਦੇ ਸੀ ਅਸੀਂ ਉਹਨਾਂ ਨੂੰ ਕੀ ਰਸਗੁੱਲੇ ਗੁਲਾਬ ਜਾਮੁਨ ਸਮੋਸੇ ਕੋਲਡ ਡਰਿੰਕ ਚਾਹ ਪਤਾ ਨਹੀਂ ਕੀ ਕੁਝ ਦਿੰਦੇ ਸੀ ਤੇ ਹੁਣ ਅਸੀਂ ਉਹਨਾਂ ਨੂੰ ਲੋ ਕੈਲਰੀ ਬਿਸਕਟਸ ਦਿੰਨੇ ਆ ਅੱਜ ਕੱਲ ਤਾਂ ਲੋਕੀ ਆਪਣੀ ਚਾਹ ਦੇ ਵਿੱਚ 슈ਗਰ ਫ੍ਰੀ ਦੀਆਂ ਗੋਲੀਆਂ ਪਾ ਕੇ ਥਾਣ ਲੱਗ ਗਏ ਦੱਸੋ ਹਨਾ ਮਲਕੀ ਦਾ ਜਿਹੜਾ ਪਾਣੀ ਵਾਲਾ ਘੜਾ ਹੈ ਨਾ ਉਹਦੇ ਸਿਰ ਤੋਂ ਖਿਸਕ ਕੇ ਤੇ ਕੀਮੇ ਦੇ ਆਰੋ ਵਾਲੀ ਪਾਣੀ ਦੀ ਬੋਟਲ ਬਣ ਗਿਆ ਹੈ ਸਹੀ ਗੱਲ ਹੈ ਤੇ ਹੁਣ ਨਾ ਮੈਨੂੰ ਤੇਰੀ ਇਸ ਗੱਲ ਤੋਂ ਗਾਣਾ ਯਾਦ ਆ ਗਿਆ ਯਾਰ ਮਲਕੀ ਕੀਮਾ ਮਲਕੀ ਕੀਮਾ ਹੋਜੀ ਫਿਰ ਹੋਜੀ ਕਰੀ ਸ਼ੁਰੂਫ ਹੈ ਮਲਕੀ ਖੂ ਦੇ ਉੱਤੇ ਪਰਦੀ ਪਈ ਸਿਪਾਹੀ ਕੀਮਾ ਕੋਲ ਆ ਕੇ ਬੇਣਦੀ ਗੁਜ਼ਾਰੇ ਉਹ ਲੰਮਾ ਪੈਂਡਾ ਰਾਹੀ ਮਰਗੇ ਨਹੀਂ ਪਿਆਸੇ ਉਛਨਾ ਪਾਣੀ ਦਾ ਇੱਕ ਦੇ ਦੇ ਨੀ ਮੁਟਿਆਰੇ بس نہیں یار मजा ਆ ਰਿਹਾ ਮੈਨੂੰ ਲੱਗਦਾ ਹੋਰ ਗਾਣਾ ਚਾਹੀਦਾ ਬਲਫੇ ਉੱਠਦੇ ਉੱਠਦੇ ਪੋਰੇ ਅਗੇ ਨਹੀਂ ਪਰਦੇਸੀ ਤੇਰੇ ਜੋ ਬਣਾ ਦੇ ਲੈਣ ਨਹੀਂ ਨਜ਼ਾਰੇ ਉਹ ਪੱਲਾ ਨਾ ਕਰ ਐਵੇਂ ਚੁੰਨੀ ਸਾੜ ਦੋਵेंगी ਨੀ ਕੁੜੀਏ ਤੇਰੇ ਕੁੰਡ ਵਿੱਚ ਬਲਦੇ ਦਿਸਦੇ ਦੋ ਅੰਗਿਆਰੇ बस कर ਕਿੰਨਾ ਗਾਈ ਜਾਣਾ ਪ੍ਰੋਗਰਾਮ ਚੱਲਦਾ ਪਿਆ ਸੌਰੀ ਯਾਰ ਮੈਨੂੰ ਚੇਤਾ ਭੁੱਲ ਜਾਂਦਾ ਤੈਨੂੰ ਯਾਦ ਕਰਾ ਦਿਆ ਕਰ ਮੈਂ ਸੋ ਸਖੀ ਅੱਪਾ ਕੀ ਗੱਲ ਕਰ ਰਹੇ ਸੀ ਅੱਪਾ ਗੱਲ ਕਰ ਰਹੇ ਸੀ ਮਿੱਠੇ ਦੀ ਹਨਾ ਅੱਜ ਕੱਲ ਤਾਂ ਦੇਖੋ ਮਿੱਠਾ 슈ਗਰ ਡਾਇਬਟੀਜ਼ ਹਨਾ ਆ ਮੀ ਹੋਈ ਜਾ ਰਹੀ ਹੈ ਲੋਕਾਂ ਨੂੰ ਘੱਟੋ ਘੱਟ 90% ਤੋਂ ਜ਼ਿਆਦਾ ਲੋਕੀ ਤਾਂ ਇਦਾਂ ਦੇ ਜਿਨ੍ਹਾਂ ਨੂੰ ਡਾਇਬਟੀਜ਼ ਹੋਈ ਪਈ ਹੈ ਹਨਾ ਅੱਜਕੱਲ੍ਹ ਰੋਜ਼ ਕੋਈ ਨਵੀਂ-ਨਵੀਂ ਬਿਮਾਰੀ ਆ ਰਹੀ ਹੈ ਹੁਣ ਕਰੋਨਾ ਨੂੰ ਵੇਖ ਲਓ ਕਦੀ ਸੋਚਿਆ ਸੀ ਸਾਡੇ ਤੇ ਇੰਨੀ ਰੈਸਟ੍ਰਿਕਸ਼ਨਸ ਲੱਗ ਜਾਣਗੀਆਂ ਹੁਣ ਚੀਨੀ ਦੀ ਗੱਲ ਕਰ ਲਓ ਦੇਖੋ ਪੁਰਾਣੇ ਜ਼ਮਾਨੇ 'ਚ ਕਿੱਥੇ ਸਪੈਸ਼ਲ ਹੁੰਦੀ ਸੀਗੀ ਚੀਨੀ ਹਨਾ ਕਿ ਕਿਸੇ ਪਰੋਣੇ ਨੇ ਆਣਾ ਆ ਘਰ ਤਾਂ ਉਹਨੂੰ ਚੀਨੀ ਵਾਲੀ ਚਾਹ ਬਣਾ ਕੇ ਪੁਲਾਣੀ ਉਹਦੇ ਲਈ ਸਪੈਸ਼ਲ ਹੀ ਇੱਕ ਲਾਗੀ ਪਾ ਕੇ ਰੱਖੀ ਹੁੰਦੀ ਸੀਗੀ ਚੀਨੀ ਹਨਾ ਤੇ ਅੱਜਕੱਲ੍ਹ ਤਾਂ ਬਹੁਤ ਸਾਰੇ ਕੈਮੀਕਲ ਪ੍ਰੋਸੈਸਸੇਸ ਦੇ ਵਿੱਚੋਂ ਨਿਕਲ ਕੇ ਸਾਡੇ ਹੱਥਾਂ ਦੇ ਵਿੱਚ ਚੀਨੀ ਆ ਰਹੀ ਹੈ ਹਨਾ ਤਾਂ ਇਹਦੇ ਨਾਲ ਸਾਡੇ ਸਰੀਰ ਨੂੰ ਵੀ ਕਿੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਹਨਾ ਬਿਲਕ ਇਹ ਤਾਂ ਗੱਲ ਹੈਗੀ ਫਿਰ ਮੈਨੂੰ ਲੱਗਦਾ ਹੈ ਕਿ ਸਾਨੂੰ ਨਾ ਜਿੱਦਾਂ ਜਿਹੜੀ ਮਿਸ਼ਰੀ ਹੁੰਦੀ ਸੀਗੀ ਉਹਦਾ ਜ਼ਿਆਦਾ ਇਸਤੇਮਾਲ ਕਰ ਲੈਣਾ ਚਾਹੀਦਾ ਹੈ ਕਿਉਂਕਿ ਉਹ ਸਾਡੇ ਸਿਹਤ ਵਾਸਤੇ ਵੀ ਕਾਫੀ ਬੈਨੀਫੀਸ਼ੀਅਲ ਹੈ ਬਿਲਕੁਲ ਤਾਂ ਹੀ ਤਾਂ ਹੁਣ ਤੱਕ ਵੀ ਕਿੰਨੇ ਧਾਰਮਿਕ ਸਥਾਨਾਂ ਤੇ ਮਿਸ਼ਰੀ ਪ੍ਰਸ਼ਾਦ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ ਹੱਲੇ ਤੱਕ ਤੇ ਦਰਸ਼ਕਾਂ ਨੂੰ ਦੱਸ ਦਈਏ ਕਿ ਚੀਨੀ ਇੱਕ ਰਿਫਾਈਨਡ 슈ਗਰ ਹੈ ਜਿਸ ਦੇ ਵਿੱਚ ਸਲਫਰ ਡਾਈਆਕਸਾਈਡ ਤੇ ਫਾਸਫੋਰਿਕ ਐਸਿਡ ਹੁੰਦਾ ਹੈ ਜੋ ਕਿ ਸਾਡੇ ਸਰੀਰ ਦੇ ਲਈ ਬਹੁਤ ਜ਼ਿਆਦਾ ਹਾਰਮਫੁਲ ਹੁੰਦਾ ਹੈ ਪੁਰਾਣੇ ਜ਼ਮਾਨੇ ਵਿੱਚ ਮਾਵਾਂ ਆਪਣੇ ਬੱਚਿਆਂ ਨੂੰ ਦੁੱਧ ਵਿੱਚ ਮਿਸ਼ਰੀ ਘੋਲ ਕੇ ਦਿੰਦੀਆਂ ਸੀ ਤੇ ਨਾਲ ਹੀ ਮਿਸ਼ਰੀ ਦੀ ਖੀਰ ਵੀ ਬਹੁਤ ਵਧੀਆ ਬਣਦੀ ਹੈ ਤੇ ਬ੍ਰਾਊਨ 슈ਗਰ ਵੀ ਇੱਕ ਬਹੁਤ ਅੱਛਾ ਸਬਸਟੀਟਿਊਟ ਹੈ ਚੀਨੀ ਦਾ ਨਾਲ ਹੀ ਨਾਲ ਜੇ ਮਠਾਸ ਦੀ ਗੱਲ ਕਰੀਏ ਤਾਂ ਅਸੀਂ ਖਜੂਰ ਨੂੰ ਵੀ ਮਠਾਸ ਦੇ ਤੌਰ ਤੇ ਬਹੁਤ ਵਧੀਆ ਤਰ੍ਹਾਂ ਇਸਤੇਮਾਲ ਕਰ ਸਕਨੇ ਆ ਬਿਲਕੁਲ ਨਿਖਾਰ ਇੱਕ टीस्पून 슈ਗਰ ਦੇ ਨਾਲੋਂ ਬਿਹਤਰ ਹੈ ਕਿ ਅਸੀਂ ਇੱਕ टीस्पून ਸ਼ਹਿਦ ਜਾਂ ਗੁੜ ਦਾ ਇਸਤੇਮਾਲ ਕਰ ਲਈਏ ਹਨਾ ਮਿਠਾਸ ਵਾਸਤੇ ਜਾਂ ਜਿਹੜੇ ਨੇਚਰਲ ਸਾਡੇ ਜਿਹਦਾ ਫਰੂਟਸ ਵਗੈਰਾ ਨੇ ਹਨਾ ਇਹਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਬਿਲਕੁਲ ਖੰਡ ਵਿੱਚ ਕੈਲਸ਼ੀਅਮ ਤੇ ਫਾਈਬਰ ਮੌਜੂਦ ਹੁੰਦਾ ਜੋ ਕਿ ਸਾਡੇ ਪੇਟ ਵਾਸਤੇ ਬਹੁਤ ਬੈਨੀਫੀਸ਼ੀਅਲ ਹੈ ਤੇ ਖੰਡ ਵਿੱਚ ਮੈਗਨੀਸ਼ੀਅਮ ਪੋਟਾਸ਼ੀਅਮ ਤੇ ਆਇਰਨ ਵੀ ਤਾਂ ਮੌਜੂਦ ਹੁੰਦਾ ਹੈ ਕੀ ਗੱਲ ਗਲਾ ਸੁੱਕ ਗਿਆ ਤੇਰਾ ਬੋਲ ਬੋਲ ਪਾਣੀ ਵੀ ਤਾਂ ਜ਼ਰੂਰੀ ਹੁੰਦਾ ਹੈ ਇਹ ਵੀ ਤਾਂ ਪੀਣਾ ਚਾਹੀਦਾ ਸਾਡੇ ਬੋਡੀ ਵਾਸਤੇ ਕਿੰਨਾ ਅੱਛਾ ਹੈ ਪਾਣੀ ਸਹੀ ਗੱਲ ਹੈ ਸਖੀ ਹਾਂ ਬਿਲਕੁਲ ਸਹੀ ਗੱਲਾਂ ਕਰਦੀ ਐ ਮੈਨੂੰ ਪਤਾ ਹੈ ਠੀਕ ਹੈ ਸਖੀ ਕੀ ਲਿਖੀ ਜਾ ਰਹੀ ਹੈ ਮੇਕ ਸ਼ੇਅਰ ਲਿਖਿਆ ਤੂੰ ਸੁਣੇਂਗੀ ਸੁਣਾ ਸੁਣਾ ਕੁਝ ਲੋਕ ਕੀ ਮਿਲਦੇ ਨੇ ਸਾਨੂੰ ਨਿਤ ਵਾਹ ਵਾਹ ਕੀ ਬਾਤ ਹੈ ਇੰਨਾ ਅੱਛਾ ਲਿਖਿਆ ਸੁਣ ਲੱਗੇ ਹਾਂ ਹਾਂ ਕੁਝ ਮਿਲਦੇ ਨੇ ਹਵਾ ਬਣ ਕੇ ਕੀ ਆਈ ਬਾਤ ਹੈ ਮਤਲਬ ਤੇ ਤੋ ਸ਼ਾਨਦਾਰ ਤਾਂ ਕੋਈ ਲਿਖੇ ਨਹੀਂ ਸਕਦਾ ਹੁਣ ਜਦੋਂ ਤੱਕ ਮੇਰਾ ਸ਼ੇਅਰ ਪੂਰਾ ਨਹੀਂ ਨਾ ਹੋ ਜਾਂਦਾ ਤੂੰ ਚੁੱਪ ਕਰਕੇ ਬੈਠੀ ਰਹਿ ਅੱਛਾ ਠੀਕ ਹੈ ਚੁੱਪ ਰਹੀਆਂ ਮੈਂ ਕੁਝ ਲੋਕੀ ਮਿਲਦੇ ਨੇ ਸਾਨੂੰ ਨਿਤ ਕੁਝ ਮਿਲਦੇ ਨੇ ਹਵਾ ਬਣ ਕੇ ਕੁਝ ਯਾਦ ਰਹਿੰਦੇ ਕੁਝ ਭੁੱਲ ਜਾਂਦੇ ਨੇ ਕੁਝ ਵਸ ਜਾਂਦੇ ਨੇ ਅੰਦਰ ਸਾਹ ਬਣ ਕੇ ਵਾ ਵਾ ਤੋ ਤਾਂ ਬੜਾ ਸੋਹਣਾ ਲਿਖਿਆ ਮੈਨੂੰ ਤਾਂ ਲੱਗਾ ਸੀ ਐਵੇਂ ਪਤਾ ਨਹੀਂ ਕੀ ਪਕਾਇਆਂ ਮਾਰੀ ਜਾਂਦੀ ਆ ਤੂੰ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਹੂੰ ਬਹੁਤ ਪਹਿਲੇ ਕਹਿੰਦੀ ਆ ਮੈਨੂੰ 2 ਮਿੰਟ ਚੁੱਪ ਰਹੀ ਮੈਨੂੰ ਅੱਛਾ ਚੁੱਪ ਕਰੀਂ ਤਰਾ ਮੈਨੂੰ ਕਨਸੈਂਟਰੇਟ ਕਰ ਲੈਂਦੇ ਤਾ ਕੀ ਲਿਖ ਰਹੀ ਆ 2 ਮਿੰਟ ਚੁੱਪ 10 ਮੈਂ ਤੈਨੂੰ ਸਿੱਧੀ ਗੱਲ ਦੱਸਾਂ ਮੈਨੂੰ ਬਹੁਤ ਜ਼ਿਆਦਾ ਜੈਲਸ ਹੋਈ ਆ ਤੇਰਾ ਸ਼ੇਅਰ ਸੁਣ ਕੇ ਸੋ ਮੇਰੇ ਮਨ ਦੇ ਵਿੱਚ ਖਿਆਲ ਆਇਆ ਕਿ ਮੈਂ ਕੁਝ ਲਿਖਾਂ ਅੱਛਾ ਚਲ ਛੇਤੀ ਲਿਖ ਫਿਰ ਹਾਂ ਤੇ ਸੁਣ ਹੂੰ ਮੇਰੇ ਦਿਲ ਦੀ ਮੈਨੂੰ ਸਮਝ ਨਾ ਆਵੇ ਵਾ 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 ਮੈਂ ਬਹੁਤ ਸੀਰੀਅਸ ਸ਼ੇਅਰ ਸੁਣਾ ਰਹੀ ਹਾਂ ਤੇ ਮੈਂ ਵੀ ਸੀਰੀਅਸਲੀ ਵਾਵਾ ਕਰ ਰਹੀ ਹਾਂ ਹਾਂ ਚੁੱਪ ਅੱਛਾ ਮੇਰੇ ਦਿਲ ਦੀ ਮੈਨੂੰ ਸਮਝ ਨਾ ਆਵੇ ਹੂੰ ਬੜਾ ਦੇਖਿਆ ਮੈਂ ਇਹਨੂੰ ਰੱਜ ਰੱਜ ਕੇ ਅੱਛਾ ਮੇਰੇ ਦਿਲ ਦੀ ਮੈਨੂੰ ਸਮਝ ਨਾ ਆਵੇ ਬੜਾ ਦੇਖਿਆ ਮੈਂ ਇਹਨੂੰ ਰੱਜ ਰੱਜ ਕੇ ਇਹਨੂੰ ਜਿੱਧਰੋਂ ਠੋਕਰਾਂ ਪੈਂਦੀਆਂ ਨੇ ਇਹ ਉਧਰ ਨੂੰ ਜਾਂਦਾ ਭੱਜ ਭੱਜ ਕੇ ਗਲਤ ਤੇਰੀ ਬਿਲਕੁਲ ਸਹੀ ਹੈ ਪਾਏ ਤੋਂ ਸ਼ੇਅਰ ਲਿਖਿਆ ਪਰ ਇੱਕਦਮ ਟਿਕਾ ਕੇ ਲਿਖਿਆ ਹੈ ਐਵੇਂ ਆ ਫਿਰ ਤੈਨੂੰ ਮੈਂ ਕਿਹਾ ਹੀ ਹੈ ਮੈਂ ਇਨਸਟੈਂਟ ਇਨਸਟੈਂਟ ਲਿਖ ਲੰਨੀ ਹੁੰਦੀ ਹੈ ਨਾ ਕਿਵੇਂ ਲਿਖ ਲੈਂਦੀ ਹੈ ਤੂੰ ਇਹਨਾਂ ਬਸ ਕبھی ਕبھی ਮੇਰੇ ਦਿਲ ਮੇ ਲਿਖਣੇ ਦਾ ਸ਼ੌਂਕ ਜਾਗਦਾ ਚਲ ਜਦਾ ਗਾਣਿਆਂ ਵਾਲ ਨੂੰ ਨਾ ਜਾਈਏ ਆਪਾਂ تنਵੇਂ ਦੱਸਦੀ ਮੈਂ ਆਪਣੀ ਡਾਇਰੀ ਵੀ ਮੇਨਟੇਨ ਕੀਤੀ ਹੋਈ ਆ ਕੀ ਲਿਖਦੀ ਆਂ ਤੂੰ ਡਾਇਰੀ ਚ ਬਸ ਜੋ ਦਿਨ ਚ ਵਾਪਰਿਆ ਹੁੰਦਾ ਮੇਰੇ ਨਾਲ ਜਾਂ ਜੋ ਮੇਰੇ ਦਿਲ ਜਾਂਦਾ ਉਹ ਲਿਖ ਕੇ ਰੱਖ ਲੰਨੀ ਆ ਜੀ ਫਰੈਂਡਸ ਬਿਲਕੁਲ ਮੋਸਟਲੀ ਅੱਜਕਲ੍ਹ ਕਰੇਲੂ ਔਰ ਤਾਂ ਆਪਣੇ ਮਨ ਦੀ ਫਰਸਟ੍ਰੇਸ਼ਨ ਦੂਰ ਕਰਨ ਲਈ ਇੱਕ ਡਾਇਰੀ ਮੇਨਟੇਨ ਕਰਦਿਆਂ ਨੇ ਪਰ ਕਈ ਵਾਰ ਪਰੇਸ਼ਾਨੀ ਪਤਾ ਕਦੋਂ ਹੁੰਦੀ ਹੈ ਜਦੋਂ ਡਾਇਰੀ ਸਾਡੇ ਕਿਸੇ ਆਪਣੇ ਦੇ ਹੱਥ ਲੱਗ ਜਵੇ ਤਾਂ ਹੀ ਤਾਂ ਕਹਿੰਦੇ ਨੇ ਕਦੇ ਵੀ ਕੁਝ ਇਹੋ ਜਿਹਾ ਨਾ ਲਿਖੋ ਜੋ ਸਾਡੇ ਵਾਸਤੇ ਜਾਂ ਕਿਸੇ ਹੋਰ ਵਾਸਤੇ ਨੁਕਸਾਨਦਾਇਕ ਹੋਵੇ ਬਿਲਕੁਲ ਦੇਖੋ ਡਾਇਰੀ ਮੇਨਟੇਨ ਕਰਨਾ ਚੰਗੀ ਆਦਤ ਹੈ ਪਰ ਜਿਹੜੀ ਚੀਜ਼ ਆਪਾਂ ਇੱਕ ਵਾਰ ਲਿਖ ਲੰਨੇ ਉਹ ਸਾਨੂੰ ਚੀਜ਼ ਕਦੀ ਭੁੱਲਦੀ ਨਹੀਂ ਹੈ ਬਿਲਕੁਲ ਅਸੀਂ ਡਾਇਰੀ ਚ ਉਹ ਵੀ ਕੰਮ ਲਿਖ ਸਕਦੇ ਨੇ ਜੋ ਅਸੀਂ ਅਗਲੇ ਦਿਨ ਕਰਨੇ ਹੁੰਦੇ ਆ ਹਾਂ ਬਿਲਕੁਲ ਜਿਵੇਂ ਕਿ ਅਸੀਂ ਆਪਣੇ ਸੈੱਟ ਕੀਤੇ ਹੋਏ ਗੋਲਸ ਲਿਖ ਸਕਦੇ ਆ ਡਾਇਰੀ ਦੇ ਵਿੱਚ ਹਾਂ ਅੱਜਕੱਲ ਤੇ ਫੋਨ ਵਿੱਚ ਵੀ ਨੋਟਸ ਅਵੇਲੇਬਲ ਨੇ ਜਦੋਂ ਸਾਡੇ ਕੋਲ ਕਾਪੀ ਪੈਨ ਅਵੇਲੇਬਲ ਨਹੀਂ ਹੁੰਦਾ ਅਸੀਂ ਉਸੇ ਟਾਈਮ ਫੋਨ 'ਚ ਲਿਖ ਲੈਂਦੇ ਆ ਜੇ ਹੁਣ ਅਸੀਂ ਆਪਣੇ ਘਰ ਦੇ ਰਾਸ਼ਨ ਦੀ ਗੱਲ ਕਰ ਲਈਏ ਤਾਂ ਹਮੇਸ਼ਾ ਸਾਡੇ ਕੋਲ ਕਾਪੀ ਪੈਨ ਤਾਂ ਹੁੰਦਾ ਨਹੀਂ ਤੇ ਇਹ ਇਹੋ ਜੀਆਂ ਚੀਜ਼ਾਂ ਨੇ ਜੋ ਕਦੇ ਕੁਝ ਯਾਦ ਆ ਜਾਂਦਾ ਹੈ ਕਦੇ ਕੁਝ ਯਾਦ ਆ ਜਾਂਦਾ ਹੈ ਤੇ ਉਹ ਉਸੇ ਟਾਈਮ ਅਸੀਂ ਆਪਣੇ ਫੋਨ ਦੇ ਨੋਟਸ 'ਚ ਲਿਖ ਸਕਦੇ ਆ ਹਾਂ ਬਿਲਕੁਲ ਜਿੱਦਾਂ ਇਸੇ ਤਰ੍ਹਾਂ ਕਈ ਵੇਲੇ ਸਾਨੂੰ ਆਪਣੀ ਏਟੀਐਮ ਦਾ ਪਿਨ ਯਾਦ ਨਹੀਂ ਰਹਿੰਦਾ ਹੈ ਨਾ ਜਾਂ ਕੋਈ ਪਾਸਵਰਡ ਭੁੱਲ ਜਾਂਦਾ ਸਾਨੂੰ ਆਈਡੀ ਦੀ ਆਈਡੀ ਦਾ ਤਾਂ ਅਸੀਂ ਉਹਨੂੰ ਵੀ ਲਿਖ ਕੇ ਰੱਖ ਸਕਦੇ ਆ ਬਿਲਕੁਲ ਜੇ ਹੁਣ ਅਸੀਂ ਇਹੋ ਜੇ ਨੋਟਸ ਦੀ ਗੱਲ ਕਰ ਰਹੇ ਹਾਂ ਤੇ ਗੱਲ ਜਾਂਦੀ ਹੈ ਚਿੱਠੀਆਂ ਤੇ ਹਾਂ ਬਿਲਕੁਲ ਉਹ ਵੀ ਦੌਰ ਸੀ ਜਦੋਂ ਚਿੱਠੀਆਂ ਰਾਹੀਂ ਕਨਵਰਸੇਸ਼ਨਸ ਹੁੰਦੀਆਂ ਸੀ ਤੇ ਜਦੋਂ ਇੱਕ ਚਿੱਠੀ ਕਿਸੇ ਤੋਂ ਭੇਜੀ ਜਾਂਦੀ ਸੀ ਤੇ ਉਹ ਪੜਨ ਵਾਲੇ ਕੋਲ ਕਈ ਹਫ਼ਤਿਆਂ ਬਾਅਦ ਵੀ ਪਹੁੰਚਦੀ ਸੀ ਬਿਲਕੁਲ ਇਹੀ ਚਿੱਠੀਆਂ ਦੀ ਗੱਲ ਕੀਤੀ ਆ ਤਾਂ ਕਈ ਵਾਰ ਇਦਾਂ ਵੀ ਹੁੰਦਾ ਸੀ ਕਿ ਕਈ ਲੋਕ ਪੜ ਨਹੀਂ ਪਾਉਂਦੇ ਹਨਾ ਚਿੱਠੀਆਂ ਤੇ ਇੰਨੇ ਭੋਲੇ ਹੁੰਦੇ ਸੀ ਸਾਡੇ ਲੋਕ ਹਨਾ ਉਸ ਜ਼ਮਾਨੇ ਦੇ ਕਿ ਉਹਨਾਂ ਨੇ ਕਿਸੇ ਪੜ੍ਹੇ ਲਿਖੇ ਵਿਅਕਤੀ ਤੋਂ ਆਪਣੀ ਚਿੱਠੀ ਪੜਾਣੀ ਹੈ ਹਨਾ ਚਾਹੇ ਚਿੱਠੀ ਉਹਦੇ ਘਰ ਵਾਲੀ ਨੇ ਭੇਜੀ ਹੋਵੇ ਹਨਾ ਇੰਨੇ ਮਤਲਬ ਭੋਲੇ ਹੁੰਦੇ ਸੀਗੇ ਜੇ ਹੁਣ ਤੂੰ ਚਿੱਠੀ ਦੀ ਗੱਲ ਕੀਤੀ ਹੈ ਨਾ ਮੈਨੂੰ ਫੇਰ ਤੋਂ ਇੱਕ ਗਾਣਾ ਯਾਦ ਆ ਗਿਆ ਯਾਰ ਤੈਨੂੰ ਗਾਣੇ ਬੜੇ ਯਾਦ ਆ ਜਾਂਦੇ ਆ ਸਾ ਕਿ ਤੇਰੇ ਟੀਪੀ3 ਤਾਂ ਨਹੀਂ ਫਿੱਟ ਹੈ ਗਾਨਾ ਗਾਈਏ ਆਪਾਂ ਚੱਲ ਦੱਸ ਇਹ ਗਾਣਾ ਪਹਿਲੇ ਮੈਨੂੰ ਦੱਸ ਦੇ ਚੋਰੀ ਚੋਰੀ ਚਿੱਠੀ ਨਾ ਕੋਈ ਸੱਤ ਚੱਲਾ ਠੀਕ ਆ ਸੁਣਾਇਆ ਹੈ ਨਾ ਚਿੱਠੀ ਨਾ ਕੋਈ ਸੰਦੇਸ਼ ਜਾਣੇ ਉਹ ਕੌਣ 사ਦੇਸ ਜਹਾਂ ਤੂੰ ਚਲੇ ਗਏ ਨਹੀਂ ਨਹੀਂ ਰੁਕ 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 ਯਾਰ ਬੜਾ ਸੈਡ ਚ ਲੱਗਦਾ ਮੈਂ ਸੋਚਾਂ ਕੁਛ ਮੈਂ ਦੱਸਨੀਆ ਤੈਨੂੰ ਆਓ ਸੱਚ ਮੇਰੇ ਕੋਲ ਤਾਂ MP3 ਬੈਠਾ ਮੈਨੂੰ ਕੀ ਸੋਚਣ ਦੀ ਲੋੜ ਹੋਰ ਸੈਂ ਦੱਸ ਦੱਸ हाँ, हाँ हाँ। संदेश हमें है, जो चिट्ठी आती है वो पूछे जाती है कि घर कब आओगे कि घर कब आओगे लिखो कब आओगे ये तुम बिन ये घर सो ਇਹ ਗਾਣਾ ਗਾ ਕੇ ਨਾ ਬੜਾ ਜੋਸ਼ ਬੜਾ ਉਤਸ਼ਾਹ ਜਿਹਾ ਹਨਾ ਭਰਿਆ ਹੈ ਤੇ ਸੱਚੀ ਸੈਲੂਟ ਕਰਨ ਦਾ ਦਿਲ ਕਰਦਾ ਹੈ ਉਹਨਾਂ ਸਾਡੇ ਸੈਨਿਕਾਂ ਨੂੰ ਸਾਡੇ ਜਵਾਨਾਂ ਨੂੰ ਜਿਹੜੇ ਇਸ ਵੇਲੇ ਦੇਸ਼ ਦੀਆਂ ਸਰਹੱਦਾਂ ਦੇ ਉੱਤੇ ਸਾਡੀ ਰੱਖਿਆ ਦੇ ਕਰਕੇ ਬੈਠੇ ਹੋਏ ਨੇ ਬਹੁਤ ਮਤਲਬ ਮਾਨ ਫੀਲ ਹੁੰਦਾ ਹੈ ਕਿ ਉਹਨਾਂ ਕਰਕੇ ਅਸੀਂ ਆਪਣੇ ਘਰਾਂ ਦੇ ਵਿੱਚ ਅੱਜ ਸੁਰੱਖਿਤ ਹਾਂ ਹਨਾ ਬੜਾ ਅੱਛਾ ਲੱਗਦਾ ਹੈ ਤੇ ਸੱਚੀ ਦਿਲੋਂ ਸੈਲੂਟ ਹੈ ਉਹਨਾਂ ਜਵਾਨਾਂ ਨੂੰ ਸੋ ਨਿਖਾਰ ਮੈਨੂੰ ਲੱਗਦਾ ਹੈ ਕਿ ਸਾਡੇ ਨਾ ਪ੍ਰੋਗਰਾਮ ਦਾ ਜਿਹੜਾ ਸਮਾਂ ਖਤਮ ਹੋਣ ਵਾਲਾ ਹੈ ਤਾਂ ਮੈਂ ਚਾਹਨੀ ਆ ਕਿ ਤੁਸੀਂ ਜਾਂਦੇ ਜਾਂਦੇ ਸਾਡੇ ਦਰਸ਼ਕ ਜਿਹੜੇ ਇਸ ਵੇਲੇ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਇੱਕ ਬਿਊਟੀ ਟਿਪ ਦਿਓ ਬਿਲਕੁਲ ਸੋ ਫਰੈਂਸ ਹੁਣ ਟਾਈਮ ਐ ਟਿਪ ਆਫ ਦਿ ਡੇ ਦਾ ਜੇ ਤੁਸੀਂ ਆਪਣਾ ਫੇਸ ਗਲੋਇੰਗ ਚਾਹੁੰਦੇ ਹੋ ਵਧੀਆ ਚਾਹੁੰਦੇ ਹੋ ਤਾਂ ਇੱਕ ਚਮਚ ਸ਼ਹਿਦ ਵਿੱਚ ਇੱਕ ਚਮਚ ਦਹੀਂ ਮਿਲਾ ਕੇ ਉਹਨੂੰ ਰੋਜ਼ਾਨਾ ਜਾਂ ਫਿਰ ਹਫ਼ਤੇ ਵਿੱਚ ਦੋ ਵਾਰ ਤੁਸੀਂ ਆਪਣੇ ਫੇਸ ਤੇ ਲਾ ਸਕਦੇ ਹੋ ਤੇ ਮੁਕਤਾ ਹੁਣ ਹੋ ਜਾਈਏ ਫਿਰ ਜੋਕ ਆਫ ਦਿ ਡੇ ਹਾਂ ਬਿਲਕੁਲ ਹੋਣਾ ਚਾਹੀਦਾ ਵੇ ਪਹਿਲੇ ਤਾਂ ਮੈਨੂੰ ਕੋਈ ਜੋ ਕਿ ਯਾਦ ਨਹੀਂ ਆ ਰਿਹਾ ਸੀਗਾ ਹਨਾ ਪਰ ਤੁਹਾਨੂੰ ਸੁਣ ਕੇ ਜਿੱਦਾਂ ਤੁਸੀਂ ਸਪੂਨ ਚਮਚਾ ਹਨਾ ਇਹ ਤਾਂ ਮੈਨੂੰ ਇੱਕ ਯਾਦ ਆ ਗਈ ਗੱਲ ਕਿ ਇੱਕ ਬੱਚਾ ਹੁੰਦਾ ਸੀ ਛੋਟਾ ਜਿਹਾ ਹਨਾ ਉਹਨੇ ਘਰ ਕਹੀ ਜਾਣਾ ਚਮਚਾ ਚਮਚਾ ਹਨਾ ਤੇ ਉਹਨੇ ਜੋ ਸਕੂਲ ਜਾਣਾ ਵਿਚਾਰੇ ਦੀ ਟੀਚਰ ਨੇ ਉਹਨੂੰ ਸਿਖਾਣਾ ਬਹੁਤ ਉਤੇ ਮਿਹਨਤ ਕੀਤੀ ਮਤਲਬ ਉਹਦੀ ਟੀਚਰ ਨੇ ਨਾ ਉਹਨੂੰ ਸਪੂਨ ਸਿਖਾਉਣ ਦੇ ਵਿੱਚ ਤਾਂ ਵਿਚਾਰਾ ਇੰਨਾ ਕੁ ਕਨਫਿਊਜ਼ ਰਹਿਣ ਲੱਗ ਗਿਆ ਘਰ ਆ ਕੇ ਉਹਦੀ ਮਦਰ ਨੇ ਕਹਿਣਾ ਚਮਚ ਚਮਚ ਹਨਾ ਚਮਚਾ ਚਮਚਾ ਤੇ ਸਕੂਲ ਜਾ ਕੇ ਉਹਦੀ ਟੀਚਰ ਨੇ ਕਹੀ ਜਾਣਾ ਸਪੂਨ ਸਪੂਨ ਤਾਂ ਵਿਚਾਰਾ ਇੱਕ ਦਿਨ ਕਹਿੰਦਾ ਮਮਾ ਮੈਨੂੰ ਸਪੂਨ ਚਾ ਦੇ ਦਿਓ ਕੀ ਮਤਲਬ ਸਪੂਨ ਚੇ ਦਾ स्पून ਦਾ ਮਤਲਬ ਸਪੂਨ ਪਲੱਸ ਚਮਚਾ ਇਸ ਇਕਵਲ ਟੂ ਸਪੂਨ ਚ ਬਿੰਗ ਟੰਗ ਟਡਿੰਗ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਤੇ ਅਸੀਂ ਅਗਲੇ ਹਫਤੇ ਫੇਰ ਤੁਹਾਡੇ ਰੂਬਰੂ ਹੋਵਾਂਗੇ ਇੱਕ ਨਵੇਂ ਐਪੀਸੋਡ ਦੇ ਨਾਲ ਤੇ ਉਦੋਂ ਤੱਕ ਸਾਨੂੰ ਦੋ ਇਜਾਜ਼ਤ ਮੈਨੂੰ ਮੁਕਤਾ ਤੇ ਮੈਂ ਨਿਖਾਰ ਦੇਖਦੇ ਰਹੋ ਸਾਡੇ ਨਾਲ ਦਿ ਟੀਵੀ ਐਨ ਆਰ ਆਈ